ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ 'ਚ ਮੰਤਰੀ ਰਹੇ, 3 ਮਹੀਨੇ ਚੀਫ ਮਿਨਿਸਟਰ ਰਹੇ। ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ, ਕੋਈ ਪ੍ਰਾਪਤੀ। ਉਹਨਾਂ ਨੇ ਦੇਖੋ, ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ, ਇੱਕ ਆਪਣੀ ਸੋਚ ਦੇਣੀ ਹੁੰਦੀ ਜੀ ਨੌਜਵਾਨਾਂ ਵਾਸਤੇ, ਪੜ੍ਹੇ ਲਿਖਿਆਂ ਵਾਸਤੇ, ਐਜੂਕੇਸ਼ਨ ਦੀ ਸੋਚ, ਰੁਜ਼ਗਾਰ ਦੀ ਸੋਚ। ਉਹਨਾਂ ਨੇ ਕੀ ਸੋਚ ਦਿੱਤੀ ਹੈ? ਲੋਕਾਂ ਨੂੰ ਬੱਕਰੀਆਂ ਚੋਣ ਤੋਂ ਇਲਾਵਾ, ਗੁੜ ਕੱਢਣ ਤੋਂ ਇਲਾਵਾ, ਮੰਜੇ ਬੁਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ? ਸੋ ਦੁਆਬੇ ਦੇ ਲੋਕ ਬੜੇ ਪੜ੍ਹੇ ਲਿਖੇ ਆ, NRI ਆ, ਐਜੂਕੇਟਡ ਲੋਕ ਆ, ਉਹ ਤਾਂ ਅਗਾਂਹ ਵਧੂ ਸੋਚ ਦੇ ਮਾਲਕ ਹੈ। ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ, ਉਹ ਕਰਪਟ ਜੀਵਨ। 10-10 ਕਰੋੜ ਰੁਪਈਆ ਉਹਨਾਂ ਦੇ ਭਾਂਜਿਆਂ ਕੋਲੋਂ ਕੈਸ਼ ਰਿਕਵਰੀ ਹੁੰਦੀ ਰਹੀ ਹੈ, ਅਤੇ 10-10 ਕਰੋੜ ਰੁਪਈਆ ਜਿਹਦੇ ਕੋਲੋਂ ਰਿਕਵਰੀ ਹੋ ਜਾਵੇ, 10-10 ਲੱਖ ਦੀਆਂ ਘੜੀਆਂ ਡਾਇਮੰਡ ਉਹ ਉਹਨਾਂ ਦੇ ਘਰਾਂ 'ਚੋਂ ਨਿਕਲੇ, ਤਾਂ ਤੁਸੀਂ ਸਮਝ ਸਕਦੇ ਹੋ ਵੀ ਉਹਨਾਂ ਨੇ ਕਿਹੋ ਜਿਹੀ ਰਾਜਨੀਤੀ ਕੀਤੀ। ਪਰ ਉਹ ਕਹਿੰਦੇ ਮੈਂ ਸੁਧਾਮਾ ਬਣ ਕੇ ਆਇਆ ਅਤੇ ਮੈਨੂੰ ਕ੍ਰਿਸ਼ਨ ਬਣ ਕੇ ਅਪਣਾਓ। ਜਲੰਧਰ ਦੇ ਲੋਕ ਕ੍ਰਿਸ਼ਨ ਬਣਨਗੇ, ਕੋਈ ਸੁਧਾਮਾ ਨਹੀਂ ਬਣ ਸਕਦਾ। ਇਹ ਲੋਕ ਦੱਸਣਗੇ ਕਿ ਤੁਸੀਂ ਖਰੜ ਤੋਂ ਚੱਲ ਕੇ 150 ਕਿਲੋਮੀਟਰ ਦੂਰ ਜਲੰਧਰ 'ਚ ਆਏ ਹੋ, ਅਤੇ ਤੁਸੀਂ ਸੁਧਾਮਾ ਬਣਨਾ ਸੀ ਪਹਿਲੇ ਆਪਣੇ ਘਰ, ਜਿੱਥੋਂ ਤੁਸੀਂ 2 ਸੀਟਾਂ ਤੋਂ ਬੜੀ ਬੁਰੀ ਤਰ੍ਹਾਂ ਹਾਰੇ, ਬਾਈ 'ਚ ਤੁਹਾਡੀ ਜ਼ਮਾਨਤ ਜ਼ਬਤ ਹੋਈ। ਜੇ ਤੁਹਾਡੇ ਚੰਗੇ ਕੰਮ ਹੁੰਦੇ, ਤੁਹਾਡੀ ਪਰਫਾਰਮੈਂਸ ਚੰਗੀ ਹੁੰਦੀ, ਤੁਸੀਂ ਲੋਕਾਂ ਵਿੱਚ ਵਿਚਰਦੇ ਹੁੰਦੇ, ਜੇ ਚੰਨੀ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਹੁੰਦੇ, ਤਾਂ ਉਹ ਭਦੌੜ ਤੋਂ ਅਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਨਾ ਹਾਰਦੇ। ਇਹ ਰਿਕਾਰਡ ਵਿੱਚ ਪਹਿਲੀ ਵਾਰ ਆ ਕਿ ਸਿਟਿੰਗ ਚੀਫ ਮਿਨਿਸਟਰ 2 ਵਾਰੀ ਬੁਰੀ ਤਰ੍ਹਾਂ 2 ਸੀਟਾਂ ਤੋਂ ਹਾਰ ਗਏ। ਪਰ ਉਹ ਕਹਿੰਦੇ ਮੇਰੇ ਗੋਤਰ ਜਲੰਧਰ 'ਚ ਗਏ ਨੇ। ਚਲੋ ਹੁਣ ਇੱਦਾਂ ਵੋਟਾਂ ਲੈਣ ਲਈ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਤਾਂ ਲੋਕ ਸਭ ਕੁਝ ਸਮਝਦੇ ਆ, ਪਰ ਜਲੰਧਰ ਦੇ ਲੋਕ ਇਹ ਸੋਚਣਗੇ ਕਿ ਸਾਨੂੰ ਆਪਣੇ ਨੇਤਾ ਨੂੰ, ਆਪਣੇ ਲੀਡਰ ਨੂੰ ਮਿਲਣ ਲਈ ਕੀ 160 ਕਿਲੋਮੀਟਰ ਦੂਰ ਜਾਣਾ ਪਏਗਾ। ਐਸੇ ਲੋਕ ਜਿਹੜੇ ਬਾਅਦ ਵਿੱਚ ਆਉਂਦੇ ਹੀ ਨਹੀਂ ਲੋਕਾਂ 'ਚ, ਜਿਹੜੇ ਨਵਾਂ ਸਿਮ ਲੈ ਕੇ ਆਉਂਦੇ ਆ ਫੋਨ ਦਾ, ਤੇ ਵੋਟਾਂ ਤੋਂ ਬਾਅਦ ਸਿਮ ਕਾਰਡ ਸੁੱਟ ਦਿੰਦੇ ਆ, ਉਹਨਾਂ ਲੋਕਾਂ ਵਿੱਚੋਂ ਚਰਨਜੀਤ ਸਿੰਘ ਚੰਨੀ ਜੀ ਆ, ਚੰਨੀ ਸਿਮ ਕਾਰਡ ਨੇ ਜੀ। ਸੋ ਇਸ ਕਰਕੇ ਉਹ ਇੱਕ ਨੌਟੰਕੀ ਦੀ ਪੋਲਿਟਿਕਸ ਕਰਦੇ ਆ। ਚੰਨੀ ਜੀ ਨੌਟੰਕੀ ਦੀ ਪੋਲਿਟਿਕਸ ਕਰਦੇ ਆ, ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡਬੋਤੀ, ਉਹ ਸਭ ਨੂੰ ਪਤਾ ਹੈ। ਸੋ ਉਹਨਾਂ ਵਿੱਚ ਕੀ ਕਾਬਲੀਅਤ ਆ ਇਹ ਸਾਰੇ ਤੁਸੀਂ ਜਾਣਦੇ। ਕੁੰਵਰ ਵਿਜੇ ਪ੍ਰਤਾਪ ਬਹੁਤ ਸਵਾਲ ਚੁੱਕ ਰਹੇ ਨੇ ਬੇਅਦਬੀ ਦੇ ਮਸਲੇ ਦੇ ਉੱਤੇ, ਪਾਰਟੀ ਦੇ ਉੱਤੇ। ਚਲੋ ਅੱਜ ਮੌਕਾ ਨਹੀਂ, ਮਹਾਰਾਜ ਪੰਜਾਬ 'ਚ ਸਭ ਨੂੰ ਆਸ਼ੀਰਵਾਦ ਦੇਣ, ਅਤੇ ਆਮ ਆਦਮੀ ਪਾਰਟੀ ਨੂੰ ਆਸ਼ੀਰਵਾਦ ਦੇਣ। ਅਸੀਂ ਜਿੱਤ ਕੇ ਪੰਜਾਬ ਦਾ ਕੇਸ, ਜੋ ਦੇਸ਼ ਵਿੱਚ ਸੰਵਿਧਾਨ ਨੂੰ ਇਸ ਵੇਲੇ ਖਤਰਾ ਪਿਆ ਹੋਇਆ, ਇਹਨਾਂ ਵੋਟਾਂ 'ਚ ਇਤਿਹਾਸ ਲਿਖਿਆ ਜਾਣਾ 24 ਦੀਆਂ ਲੋਕ ਸਭਾ ਚੋਣਾਂ 'ਚ। ਸੁਸ਼ੀਲ ਰਿੰਕੂ ਨੂੰ ਕੌਣ ਕੌਣ ਕਿੱਧਰ ਆ ਜੀ, ਪੰਜਾਬੀ ਕਿਹੜਾ ਸੰਵਿਧਾਨ ਦੇ ਹੱਕ ਵਿੱਚ ਆ ਤੇ ਕਿਹੜਾ ਸੰਵਿਧਾਨ ਦੇ ਵਿਰੁੱਧ ਆ, ਇਹ ਇਤਿਹਾਸ ਲਿਖਿਆ ਜਾਣਾ। ਸੁਸ਼ੀਲ ਰਿੰਕੂ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਤੁਹਾਡੇ ਪਾਰਟੀ 'ਚ ਪਹਿਲਾਂ ਰਹੇ ਨੇ ਤੇ ਹੁਣ ਤੁਸੀਂ ਵੀ ਵੈਸੇ ਤੇ ਨਵੇਂ ਆਏ ਹੋ ਪਾਰਟੀ 'ਚ, ਸੁਸ਼ੀਲ ਰਿੰਕੂ ਨੂੰ ਕਿੱਦਾਂ ਦੇਖਦੇ ਹੋ? ਦੇਖੋ, ਮੇਰਾ ਪਿਛਲੇ  25-30 ਸਾਲ ਤੋਂ ਪਬਲਿਕ ਲਾਈਫ ਆ, ਸੇਵਾ ਕੀਤੀ ਆ, ਜਲੰਧਰ 'ਚ ਪੜ੍ਹਿਆ, ਜਲੰਧਰ 'ਚ ਜੰਮਿਆ, ਜਲੰਧਰ 'ਚ ਸੇਵਾ ਕੀਤੀ, ਜਲੰਧਰ 'ਚ ਖੇਡੇ ਆ।
ਤੇ ਰਿੰਕੂ ਜੀ ਨੂੰ ਜਲੰਧਰ ਦੇ ਲੋਕਾਂ ਨੇ ਸਾਲ ਪਹਿਲਾਂ ਲੋਕ ਸਭਾ ਦਾ ਮੈਂਬਰ ਬਣਾਇਆ ਜੀ ਉਮੀਦਾਂ ਦੇ ਨਾਲ ਕਿ ਜਲੰਧਰ ਦੇ ਉਹ ਕੰਮ ਕਰਾਉਣਗੇ ਪਰ ਉਹ ਜਲੰਧਰ ਦੇ ਕੰਮ ਕਰਾਏ ਬਗੈਰ ਹੀ ਉਹ ਚਲੇ ਗਏ। ਲੋਕ ਕਿਸੇ ਨੂੰ MLA ਬਣਾ ਸਕਦੇ ਆ MP ਬਣਾ ਸਕਦੇ ਹੋਰ ਵਿਚਾਰੇ ਲੋਕ ਕੀ ਕਰ ਲੈਣ ਤੇ ਜੇ ਕੋਈ ਪੱਲਾ ਛਡਾ ਕੇ ਦੌੜ ਜਾਵੇ ਆਪਣੀ ਡਿਊਟੀ ਨਾ ਲੋਕਾਂ ਪ੍ਰਤੀ ਕਰੇ ਤਾਂ ਫਿਰ ਲੋਕਾਂ ਦਾ ਕਸੂਰ ਨਹੀਂ ਤੇ ਇਹ ਤਾਂ ਜਵਾਬ ਹੁਣ ਸੁਸ਼ੀਲ ਕੁਮਾਰ ਰਿੰਕੂ ਜੀ ਨੂੰ ਦੇਣੇ ਪੈਣ।